अस्सलाम वालेकुम। वालेकुम अस्सलाम। की करण आए? सैर करण आए। सैर करण किरे नाल? भाई छोटे नाल आया था, वापस जा रहा था। मैं तानू वेख्या, मैं रोक गया। क्या क्यों ने? सीढ़ी रोक गई, मैं रुकना ही सी, फिर तानू वेख के सीढ़ी। सीढ़ी दा बेड़ा गरक होया। होर तुसी सुनाओ। ये आसे आपा मेरे गल पे आ कर दे की। मैं ही गारमेंट्स दा काम कर। इत्थे क्रीम ब्लॉक दे विच? अच्छा, लोर दे हो? हां जी लोर दे हां। चलो मेरे सवाल का देना जवाब। अपा दी जिंदगी दे ना सारे जिंदगी च काश हुंदा वा, तुहाडी जिंदगी दा काश की आ? ਸਾਡੇ ਤੇ ਤਾਸ਼ ਹੀ ਚੱਲ ਰਹੀ ਹੈ ਫਿਲਹਾਲ, ਕੰਮ ਕਾਰ ਕੋਈ ਹੈ ਕੋਈ ਨਹੀਂ। ਜਦੋਂ ਕਾਸ਼ ਨਹੀਂ ਤਾਸ਼ ਹੀ ਚੱਲਦੀ, ਤਾਸ਼ ਹੀ ਚੱਲ ਰਹੀ ਉਹ ਕਹਿੰਦੇ ਕਾਸ਼ ਕਦੋਂ ਆਏਗਾ, ਹਲੇ ਤੇ ਤਾਸ਼ ਹੀ ਚੱਲ ਰਹੀ। ਤੇਰੇ ਬਿੱਟੇ ਮੂੰਹ ਕਾਸ਼ ਕੋਈ ਭਾਈ ਨਹੀਂ ਜ਼ਿੰਦਗੀ ਚ ਆਣਾ ਵਾ ਮਰੇ। ਹਲੇ ਵੇਖੋ ਨਾ ਜੀ ਜੋ ਹਾਲਾਤ ਚੱਲ ਰਹੇ ਨੇ, ਆਵਾ ਹਕੂਮਤ ਵੀ ਤਾਸ਼ ਹੀ ਖੇਲ ਰਹੀ, ਪੱਤੇ ਤੇ ਪੱਤੇ ਡਿੱਗ ਰਹੇ ਨੇ, ਤੇ ਆਵਾਮ ਨੇ ਵੀ ਉਹੀ ਖੇਡਣਾ। ਫਿਰ ਥੜੇ ਵਿਹਲੇ ਨੇ, ਕਾਰੋਬਾਰ ਵਿਹਲੇ ਨੇ, ਆਵਾਮ ਬਾ ਮੱਖੀਆਂ ਮਾਰ ਰਹੀ, ਕੋਈ ਲੁੱਡੋ ਲਾ ਕੇ ਬਹਿ ਜਾਂਦਾ, ਕੋਈ ਤਾਸ਼ ਲਾ ਕੇ ਬਹਿ ਜਾਂਦਾ। ਥੜੇ ਦੀ ਆਖਰੀ ਪੌੜੀ ਵਰਗਾ ਵੀਰੇ ਤੇਰਾ ਮੂੰਹ ਆ। ਮੈਨੂੰ ਉਹ ਦੱਸ, ਅਕਸਰ ਇਨਸਾਨ ਸੋਚਦਾ ਹੀ ਨਾ ਕਾਸ਼ ਮੈਂ ਆ ਹੁੰਦਾ, ਕਾਸ਼ ਆ ਸ਼ੈ ਮੇਰੇ ਕੋ ਹੁੰਦੀ, ਬੰਦਾ ਸੋਚ ਤੇ ਸਕਦਾ ਨਾ। ਚਲੋ ਉਸੇ ਥੜੇ ਤੇ ਝਾੜੂ ਮਾਰਨਾ ਮਾਰਿਆ ਹੁੰਦਾ। ਕਹਿੰਦਾ ਤੁਹਾਡਾ ਮੂੰਹ ਹੈ ਮਾਸ਼ਾਅੱਲਾ। ਕੋਸ਼ਿਸ਼ ਕੀਤੀ? ਦੁਬਾਰਾ ਟਰਾਈ ਕਰਾਂਗੇ। ਤੁਹਾਡੀ ਜ਼ਿੰਦਗੀ ਦਾ ਕਾਸ਼ ਕੀ ਆ? ਹਲੇ ਤਾਂ ਦੇਖੋ ਜੀ ਸੀਰੀਅਸ ਗੱਲ ਕਰੀਏ ਤੇ ਫਿਰ ਮੁਸ਼ਕਿਲ ਹੀ ਹਾਲਾਤ ਚੱਲ ਰਹੇ ਨੇ। ਸੀਰੀਅਸ ਨਾ ਗੱਲ ਕਰ, ਮੈਂ ਬਹੁਤ ਪਹਿਲੇ ਸੀਰੀਅਸ ਜ਼ਿੰਦਗੀ 'ਚ ਹੋਈ ਪਈ ਆ, ਤੂੰ ਸੀਰੀਅਸ ਗੱਲ ਨਾ। ਚਲੋ ਜੀ ਕੋਈ ਗੱਲ ਨਹੀਂ, ਤੁਸੀਂ ਹੋਰ ਸਵਾਲ ਪੁੱਛ ਲਓ। ਕਾਸ਼ ਤੋਂ ਇਲਾਵਾ? ਕਾਸ਼ ਤੋਂ ਇਲਾਵਾ ਮਤਲਬ ਤੂੰ ਕੁਛ ਚਾਹੁੰਦਾ ਹੀ ਨਹੀਂ ਜ਼ਿੰਦਗੀ 'ਚ? ਸਭ ਠੀਕ ਚੱਲ ਰਿਹਾ, ਐਡੇ ਵੱਡੇ ਹੋ ਗਏ ਹੁਣ, ਇਸ ਤੋਂ ਅੱਗੇ ਕੀ ਕਰਨਾ? ਕਾਸ਼ ਮੈਂ ਸੋਹਣਾ ਹੁੰਦਾ ਹੈ, ਇਸ ਤੋਂ ਅੱਗੇ ਕਾਸ਼ ਮੇਰਾ ਰੰਗ ਚਿੱਟਾ ਹੁੰਦਾ, ਇਸ ਤੋਂ ਅੱਗੇ ਐਂਡ ਹੀ ਗਾ। ਉਸ ਤੋਂ ਮੁੰਡੇ ਐਵੇਂ ਦੇ ਹੀ ਸੋਹਣੇ ਲੱਗਦੇ ਨੇ, ਵੇਖ ਲਓ ਇਹਨਾਂ ਵਿੱਚੋਂ ਕੋਈ ਮੇਰੇ ਤੋਂ ਜ਼ਿਆਦਾ ਸੋਹਣਾ ਹੈ, ਸਾਰੇ ਰਲਦੇ ਮਿਲਦੇ ਹੀ। ਬਾਹਰ ਦੀ ਮਖਲੂਕ ਦਾ ਐਂਡ ਵਾ ਸਾਹ, ਬਾਹਰ ਦੀਆਂ ਸ਼ੈਵਾਂ ਨਹੀਂ ਹੁੰਦੀਆਂ, ਔਰ ਐਂਡ ਵਾ, ਸਹੀ ਕਹਿ ਰਿਹਾ ਐ ਤੇ ਮੈਡਮ ਜੀ ਮੂੰਹ ਧੋ ਕੇ ਪਤਾ ਲੱਗੇਗਾ ਕਿਹੜਾ ਬਾਹਰ ਦੀ ਮਖਲੂਕ। ਦੇਖ ਲੈ ਫੇ ਵੀ ਤੇਨਾਂ ਨੂੰ ਸਹੀ ਲੱਗਣਾ ਹੀ ਮੈਂ। ਚਲੋ ਹੋਰ। ਅੱਛਾ ਮੁੰਡਿਆਂ ਨੂੰ ਜ਼ਿਆਦਾ ਪੈਂਟ ਸ਼ਰਟ ਜੱਚਦੀ ਹੈ ਸਲਵਾਰ ਕਮੀਜ਼? ਸਿਹਤ ਦੇ ਹਿਸਾਬ ਨਾਲ ਹੁੰਦਾ, ਮੈਂ ਸੁੱਕਾ ਬੰਦਾ, ਮੈਨੂੰ ਸਲਵਾਰ ਕਮੀਜ਼ ਨਹੀਂ ਚੰਗੀ ਲੱਗਦੀ, ਅੱਗੋਂ ਚੱਕੀ ਜਾਂਦੀ। ਤੇ ਤੈਨੂੰ ਪੈਂਟ ਸ਼ਰਟ ਵੀ ਨਹੀਂ ਚੰਗੀ ਲੱਗਣੀ? ਇਹ ਤਾਂ ਹੀ ਘਰਦਿਆਂ ਨੇ ਕਹਿ ਕੇ ਭੇਜਿਆ ਸੀ ਸੋਹਣਾ ਲੱਗ ਰਿਹਾ, ਮੈਂ ਤਾਂ ਆ ਗਿਆ। ਘਰਦਿਆਂ ਦੀ ਮਜਬੂਰੀ ਹੈ, ਇਹੋ ਜਿਹੇ ਨਿਆਣੇ ਨੂੰ ਵੀ ਸੋਹਣਾ ਕਹਿ ਦਿੰਦੇ ਹੈ, ਭਾਵੇਂ ਸ਼ਕਲ ਪਕੌੜੇ ਵਰਗੀ ਹੋਵੇ, ਸੜੀ ਪਕੌੜੇ ਵਰਗੀ। ਉਹਨਾਂ ਨੇ ਕਹਿਣਾ ਸਾਡਾ ਨਿਆਣਾ ਚੰਨ ਵਰਗਾ। ਵੈਸੇ ਬਹੁਤ ਫਿੱਕੀਆਂ ਕਰ ਰਹੇ ਹੋ। ਦੇਖ ਲੈ ਕਰ ਰਹੀ ਹਾਂ ਮੈਂ, ਬਹੁਤ ਫਿੱਕੀਆਂ ਕਰ ਰਹੇ ਹੋ, ਬਾਕੀ ਕੋਈ ਗੱਲ ਨਹੀਂ, ਸ਼ੋਅ ਇਹ ਚੱਲ ਚੁੱਲ ਜਾਏਗਾ। ਚੱਲ ਤੂੰ ਮਿੱਠੀ ਕਰ ਦੇ। ਨਹੀਂ ਮੈਨੂੰ ਜੁਗਤਾਂ ਨਹੀਂ ਆਉਂਦਾ। ਦੇਖਿਆ ਇੰਨੀ ਕੀ ਸੀ। ਚਲੋ ਜੀ ਸ਼ੁਕਰੀਆ, ਵਧੀਆ ਹੋ ਗਿਆ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਏ ਤੁਸੀਂ ਇੱਥੇ? ਸ਼ੋਪਿੰਗ। ਕਿਹਦੇ ਵਾਸਤੇ? ਆਪਣੇ ਲਈ। ਆਪਣੇ ਲਈ ਕੋਈ ਖਾਸ ਗੱਲ? ਨਹੀਂ ਵੈਸੇ ਸਮਰ ਸੀਜ਼ਨ ਕੇ ਲਈ। ਵੈਸੇ ਹੀ ਹਲੇ ਤੇ ਭੈਣੇ ਗਰਮੀ ਗਰਮੀ ਆ, ਹਲੇ ਤੇ ਸਰਦੀਆਂ ਆਈਆਂ ਵੀ ਨਹੀਂ ਆ। ਵੈਸੇ ਤਾਂ ਮਾਲ ਲੱਭ ਜਾਂਦਾ ਜੀ, ਸੇਲਸ ਲੱਗੀ ਵੀ ਹੈ। ਸੱਚੀ ਮੁੱਚ ਸੇਲ ਲੱਗੀ ਆ? ਕਿੰਨੇ ਦਾ ਸੂਟ ਮਿਲਿਆ? 4000। ਅੱਛਾ ਸੇਲ ਦੇ ਵਿੱਚ ਜੀ, ਕਿਤੇ ਸਸਤਾ 4000 ਹੈ, ਸਾਡੇ ਵਰਗੇ ਸੋਚਦੇ ਰਹਿੰਦੇ 4000 ਦਾ ਸੂਟ ਕਿੰਜ ਲੈਣਾ। ਅੱਛਾ ਕਰਦੇ ਕੀ ਹੋ? ਸਟੂਡੈਂਟ ਹੂੰ। ਕੀ ਬੰਨਾ ਚਾਹੁੰਦੇ ਹੋ? ਡਾਕਟਰ। ਕਿਰੀ? ਡੈਂਟਿਸਟ। ਬੰਨਾ ਵੀ ਤੇ ਦੰਦਾ ਵੀ ਦੰਦ ਬਹੁਤੇ ਪਸੰਦ ਆ। ਉਸਕਾ ਜ਼ਿਆਦਾ ਸਕੋਪ ਹੈ ਪਾਕਿਸਤਾਨ ਨੂੰ। ਅੱਛਾ ਨਹੀਂ, ਪਾਗਲਾ ਦਾ ਵੀ ਜ਼ਰਾ ਹੈਗਾ ਵਾ ਸਕੋਪ ਪਾਕਿਸਤਾਨ ਜੀ। ਉਹ ਬਾਤ ਸਹੀ ਹੈ, ਲੇਕਿਨ ਬਰਾਬਰ ਹੁੰਦੀਆਂ, ਕਦੀ ਇਹ ਨਾ ਸੋਚੋ ਕਿਉਂਕਿ ਰੱਬ ਦੀ ਮਰਜ਼ੀ ਅੱਗੇ ਕਿਸੇ ਦੀ ਨਹੀਂ ਚੱਲਦੀ ਹੈਗੀ, ਲੇਕਿਨ ਵੱਡੀ ਭੈਣ ਵੀ ਮਾਂ ਦੇ ਬਰਾਬਰ ਹੁੰਦੀ ਆ। ਕੋਈ ਨਹੀਂ, ਆਪਾਂ ਰੱਬ ਦੇ ਕਿਸੇ ਫੈਸਲੇ 'ਚ ਬੋਲ ਵੀ ਨਹੀਂ ਸਕਦੇ ਨਾ, ਜੋ ਅੱਲਾ ਕਰਦਾ ਬਿਹਤਰ ਕਰਦਾ, ਉਹਨੂੰ ਪਤਾ ਵਾ ਕਿ ਉਹਦੇ ਕਿਹੜੇ ਕੰਮ 'ਚ ਬਿਹਤਰੀ ਆ। ਬਾਕੀ ਦੁਖੀ ਨਹੀਂ ਹੋਣਾ ਜੀ? ਬਿਲਕੁਲ। ਜੇ ਦੁਖੀ ਹੋਏ ਤਾਂ ਇਸ ਭੈਣ ਦਾ ਸ਼ੋਅ ਦੇਖ ਲੈਣਾ ਜੀ। ਅੱਛਾ ਮੈਨੂੰ ਇਹ ਦੱਸੋ, ਤੁਹਾਡੇ ਭਰਾ ਹੈਗੇ ਜੀ? ਅਲਹਮਦੁਲਿਲਾ। ਅਤੇ ਮੁੰਡਿਆਂ ਨੂੰ ਜ਼ਿਆਦਾਤਰ ਸਲਵਾਰ ਕਮੀਜ਼ ਜੱਚਦੀ ਆ ਪੈਂਟ ਸ਼ਰਟ? ਪੈਂਟ ਸ਼ਰਟ। ਸਲਵਾਰ ਕਮੀਜ਼ ਕਿਉਂ ਨਹੀਂ? ਮੈਨੂੰ ਪੈਂਟ ਸ਼ਰਟ ਅੱਛੇ ਲੱਗਦੇ। ਪੈਂਟ ਸ਼ਰਟ 'ਚ ਅੱਛੇ ਲੱਗਦੇ ਆ। ਚਲੋ ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਸਾਲਾਂ ਨੂੰ ਠੀਕ ਇਹ ਸਾਲਾਂ ਸਾਲਾਂ ਤਾਂ ਕਹੀ ਆਉਂਦੇ ਸਲਾਮ ਦੀ ਵਜ੍ਹਾ
ਤੁਸੀਂ ਕੀ ਕਰਨ ਆਏ ਮਾਲ 'ਚ? ਚਾਲਣ ਲੈਣ ਆਇਆ ਸੀ ਨਾ, ਕੀ ਕਰਨ ਆਇਆ? ਹੱਸੀ ਜਾਂਦੇ ਆ। ਅੱਛਾ ਕੀ ਕਰਨ ਆਏ ਤੁਸੀਂ? ਸ਼ੋਪਿੰਗ ਕਰਨੇ ਆਏ ਆ। ਕਿਹਦੇ ਵਾਸਤੇ? ਆਪਣੇ ਲਈ। ਕੱਲ ਹੀ ਸ਼ੋਪਿੰਗ? ਨਹੀਂ, ਨਾਲ ਕੌਣ ਕੌਣ ਆਇਆ? ਮਮਾ ਪਾਪਾ ਆਏ? ਨਹੀਂ ਨਹੀਂ। ਇਹ ਮਾਂ ਨੂੰ ਸਿਆਪਾ ਪਾਇਆ? ਤੁਸੀਂ ਕਿੰਨੇ ਭੈਣ ਭਰਾ ਵਾ, ਇੰਨਾ ਰਸ਼ ਪਾਇਆ? ਦੋ ਦੋ। ਅੱਛਾ ਤੇ ਆ ਬਾਕੀ ਕੌਣ ਆ, ਕੌਣ? ਹਮ ਭਾਈ ਭੈਣ ਆ, ਦੋਨੋਂ ਭਾਈ ਆ, ਦੋਨੋਂ ਭਾਈ ਭੈਣ ਕਹਿੰਦਾ। ਤੈਨੂੰ ਕਿਉਂ ਕੁੜੀ ਕਹਿੰਦੇ ਆ, ਭੈਣ ਕਹਿੰਦੇ ਆ? ਕਿਉਂਕਿ ਉਹ ਮੈਂ ਨਕਸ਼ ਤੇ ਭੈਣ ਆ ਲਈ, ਕਿਉਂਕਿ ਉਹ ਮੈਂਟਲ ਹੈ। ਉਹ ਮੈਂਟਲ ਹੈ। ਤੁਸੀਂ ਦੋਨੇ ਭਰਾ ਵਾ, ਨਾਲ ਕੌਣ ਆਇਆ? ਫੈਮਿਲੀ, ਮੰਮਾ ਪਾਪਾ ਦੋਨੋਂ? ਨਹੀਂ, ਕਜ਼ਨ ਆਏ ਆ। ਕਜ਼ਨ ਆਏ ਕੀ ਕਰਨ? ਨਾਚਨੇ। ਹੈ? ਨਾਚਨੇ? ਨੱਚਣ ਆਏ ਆ। ਇੱਥੇ ਕੀ ਰਹੀ ਐਸੀ ਸ਼ੈ ਸੀ ਕਿ ਤੁਸੀਂ ਨੱਚਣਾ ਸੀ? ਦਿਲ ਕਰਦਾ ਥਾ, ਦਿਲ ਕਰ ਚਲਿਆ। ਮੈਨੂੰ ਵੀ ਜ਼ਰਾ ਦਿਖਾ। ਛਾਨਣ ਦਿਆ ਕੁਛ। ਸਹੀ ਸਹੀ ਦੱਸ ਕੀ ਕਰਨ ਆਏ ਸੀ? ਹਮ ਸ਼ੋਪਿੰਗ ਕਰਨ ਆਏ ਥੇ। ਇਹਦੇ ਕਹਿੰਦਾ ਮੈਂ ਨੱਚਣ ਆਇਆ। ਵੋ ਬਸ ਐਸੀ ਆ। ਇਹਨੂੰ ਇਹਨਾਂ ਨਾਚਾ ਟਾਪਾ ਦਾ ਸ਼ੌਕ ਕਿਉਂ ਆ? ਪਤਾ ਨੀ, ਇਹਨੂੰ ਤਾਂ ਸਹੀ ਕਹਿੰਦਾ ਭੈਣ। ਅੱਛਾ, ਸਾਡੀ ਜ਼ਿੰਦਗੀ 'ਚ ਹੁੰਦਾ ਕਾਸ਼ ਕਿ ਕਾਸ਼ ਆਹ ਚੀਜ਼ ਹੁੰਦੀ, ਕਾਸ਼ ਆਹ ਚੀਜ਼ ਹੁੰਦੀ। ਤੁਹਾਡੀ ਜ਼ਿੰਦਗੀ 'ਚ ਕਿਹੜਾ ਕਾਸ਼ ਆ ਕਿ ਤੁਸੀਂ ਕੋਈ ਚੀਜ਼ ਲੈਣਾ ਚਾਹੁੰਦੇ ਹੋ, ਲੈ ਨਹੀਂ ਸਕੇ? ਗਾੜੀ ਗਾੜੀ ਕਹਿੰਦਾ, ਗਾਲੀ ਗਾੜੀ। ਤੁਸੀਂ? ਗਾੜੀ ਗੱਡੀ। ਤੁਸੀਂ? ਗਾੜੀ। ਇੱਥੇ ਟਾਇਰ ਹੀ ਬਣਦਾ, ਤੂੰ ਗੱਡੀ ਕੀ ਕਰਨੀ ਆ? ਉਹ ਤੇ ਤੁਸੀਂ? ਕੁਛ ਵੀ। ਕੁਛ ਵੀ ਕੀ? ਕੁਝ ਜੋ ਵੀ ਹੋਏਗਾ ਉਹ ਹੋ ਗਿਆ। ਕੀ ਹੋ ਗਿਆ? ਨਾਚਣਾ। ਨਹੀਂ ਨਹੀਂ, ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਲੈਣਾ ਚਾਹੁੰਦੇ ਜਿਹੜੇ ਲੈ ਨਹੀਂ ਸਕਦੇ? ਖਾਬ। ਕੀਰਾ ਖਾਬ? ਅਮੀਰ। ਅਮੀਰ ਹੋਣ ਦਾ? ਕਾਸ਼ ਮੈਂ ਅਮੀਰ ਹੁੰਦਾ। ਤੇਰੇ ਨੈਣਕ ਸੋਹਣੇ, ਤੂੰ ਅਮੀਰ ਹੋ ਸਕਦਾ, ਨੱਚਦਾ ਵੀ ਆ ਤੂੰ, ਅਮੀਰ ਹੋ ਸਕਦਾ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਮਾਲ 'ਚ? ਇੱਥੇ ਜੀ ਬੱਕਰੀਆਂ ਚਰਾਉਣ ਆਏ। ਬੱਕਰੀਆਂ ਚਰਾਉਣ ਆਏ? ਅੱਛਾ, ਤੁਹਾਨੂੰ ਕੀ ਲੱਗਦਾ ਹੈ, ਮਾਲ ਆ ਜਾਂ ਕੁਛ ਹੋਰ? ਮੈਨੂੰ ਤਾਂ ਸਿਰਫ ਮਾਲ ਹੀ ਲੱਗ ਰਿਹਾ ਜੀ, ਹੋਰ ਕੁਛ ਨਹੀਂ ਲੱਗ ਰਿਹਾ। ਅੱਛਾ, ਤੇ ਮਾਲ 'ਚ ਕੌਣ ਬੱਕਰੀਆਂ ਲੈ ਕੇ ਆਉਂਦਾ ਵੀਰੇ? ਨਹੀਂ, ਅਸੀਂ ਪਿੱਛੇ ਛੱਡ ਆਏ ਹਾਂ ਜੀ। ਸੀਲ ਕੁੱਕੜ ਵਰਗਾ ਤੂੰ ਆਪ ਲੱਗਦਾ ਵਾ, ਤੇ ਬੱਕਰੀਆਂ ਚਰਾਉਣ ਕੌਣ ਆਉਂਦਾ ਮਾਲ 'ਚ? ਬਸ ਉਹ ਜੀ ਪਿੱਛੇ ਛੱਡ ਤੇ ਆਏ ਆ ਇਸ ਵਜ੍ਹਾ ਤੋਂ ਨਾ। ਇੱਥੇ ਤਾਂ ਬਸ ਘੁੰਮਣ ਆ ਰਹੀਆਂ। ਹਾਂਜੀ, ਬਹੁਤ ਯਾਦ ਆ ਰਹੀ। ਮੈਂ ਤਾਂ ਕਹਿੰਦਾ ਸੀ ਇੱਥੇ ਲੈ ਆਉਣੀ ਸੀ, ਇੱਥੇ ਬੱਕਰੀਆਂ ਹੀ ਆ ਨਾ। ਬੱਕਰੀਆਂ ਹੀ ਆ, ਹੋਰ ਕੋਈ ਚੀਜ਼ ਨਹੀਂ। ਸ਼ਿੱਦਤ ਨਾਲ ਕਿਹਾ, ਬਹੁਤ ਯਾਦ ਆ ਰਹੀਆਂ ਜੀ। ਜੀ, ਕੰਮ ਕੀ ਕਰਦੇ ਹੋ? ਕੰਮ ਜੀ ਖੇਤੀਬਾੜੀ ਕਰਨਾ ਹੈ। ਕਿੱਥੋਂ ਆਏ ਹੋ? ਪਾਕ ਪਤਨ ਸੇ। ਪਾਕ ਪਤਨ ਤੋਂ ਇੱਥੇ ਕੀ ਕਰਨ ਆਏ? ਇੱਥੇ ਜੀ ਬਸ ਕੁਝ ਬੱਕਰੀਆਂ ਪਸੰਦ ਕਰਨੀਆਂ ਸੀ ਮੰਡੀ ਤੋਂ, ਤੇ ਅਸੀਂ ਕਿਹਾ ਮੋਲ ਹੀ ਘੁੰਮ ਲਈਏ। ਇੱਥੇ ਬੱਕਰੀਆਂ ਪਸੰਦ ਕਰ ਲਈਏ ਜੀ। ਮੈਂ ਦੇਖ ਰਹੇ ਹਾਂ, ਕੋਈ ਪਸੰਦ ਨਹੀਂ ਆ ਰਿਹਾ। ਇੱਥੇ ਤੁਸੀਂ ਬੱਕਰੀਆਂ ਨਾਮ ਕੀ ਰੱਖਿਆ, ਮੈਨੂੰ ਦੱਸ ਦਿਓ। ਬੱਕਰੀਆਂ ਦਾ ਨਾਮ ਜੋ ਬੱਕਰੀਆਂ ਦਾ ਹੁੰਦਾ ਉਹ ਹੀ ਨਾਮ ਰੱਖਿਆ। ਬੱਕਰੀ ਕਹਿੰਦੇ ਕਿੰਨੂੰ ਤੁਸੀਂ? ਚਾਰ ਲੱਤਾਂ ਵਾਲੇ ਨੂੰ ਕਹਿੰਦੇ। ਚਾਰ ਲੱਤਾਂ ਵਾਲੇ ਨੂੰ? ਇੱਥੇ ਤੁਸੀਂ ਦੱਸੋ ਮੈਨੂੰ ਕਿਹੜੀਆਂ ਚਾਰ ਲੱਤਾਂ ਕਿੰਨੂੰ ਲੱਗੀਆਂ? ਇੱਧਰ ਤਾਂ ਕਿਸੇ ਨੂੰ ਨਹੀਂ ਲੱਗੀਆਂ। ਫੇਰ ਬਸ ਦੇਖ ਰਹੇ ਹਾਂ, ਸ਼ਾਇਦ ਕੋਈ ਮਿਲ ਜਾਏ। ਖਾਨਦਾਨ ਚ ਬੱਕਰੀਆਂ ਹੀ ਬੱਕਰੀਆਂ ਵਾ, ਤਦ ਕਰਕੇ ਇਹਨੂੰ ਬਹੁਤ ਪਸੰਦ ਆ। ਅੱਛਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਕਾਸ਼ ਹੁੰਦਾ ਵਾ, ਹੈ ਨਾ? ਕਾਸ਼ ਆਹ ਹੁੰਦਾ, ਕਾਸ਼ ਉਹ ਹੁੰਦਾ, ਤੁਹਾਡੀ ਜ਼ਿੰਦਗੀ 'ਚ ਕੀ ਆ ਕਾਸ਼? ਕਾਸ਼ ਮੇਰੀ ਜ਼ਿੰਦਗੀ ਦਾ ਇਹੀ ਸੁਪਨਾ ਹੈ ਕਿ ਮੈਂ ਆਪਣੇ ਵਾਲਦੈਨ ਦੇ ਵੀ ਆਪਣੇ ਜੋ ਦਿਲ ਦੀ ਦੁਆ ਹੈ ਉਹ ਪੂਰੀ ਕਰਵਾਵਾਂ। ਠੀਕ ਹੈ, ਮੈਂ ਬਾਹਰ ਚੱਲਿਆ ਹਾਂ ਸਾਊਦੀ, ਉੱਥੇ ਜਾ ਅਤੇ ਵਾਲਦਾ ਨੂੰ ਉਮਰਾ ਕਰਵਾਵਾਂ, ਹੱਜ ਕਰਵਾਵਾਂ। ਇਹ ਕਾਸ਼ ਇਹੀ ਹੈ ਦਿਲ ਵਿੱਚ, ਔਰ ਨਾ ਕੋਈ ਅੰਬੀਦੀ ਦਾ ਸ਼ੌਂਕ ਹੈ ਨਾ ਕੋਈ ਗਰੀਬੀ ਦਾ ਸ਼ੌਂਕ ਹੈ। ਬਸ ਜੋ ਰੱਬ ਸੇ ਰੱਖ ਰਹੀ ਹੈ, ਅੱਲਾਹ ਕਾ ਸ਼ੁਕਰ ਹੈ, ਬਹੁਤ ਲੱਖ ਲੱਖ, ਬਸ ਯਹੀ ਬੜਾ ਹੈ, ਬਹੁਤ ਜ਼ਿਆਦਾ। ਜਾ ਪਹਿਲੇ ਨੇ ਬੱਕਰੀਆਂ ਦੀ ਗੱਲ ਕੀਤੀ ਨਾ, ਮੈਨੂੰ ਜਮਾ ਹੀ ਉਮੀਦ ਨਹੀਂ ਸੀ ਚੰਗੀ ਕੋਈ ਗੱਲ ਕਰੇਗਾ, ਇਹ ਮੂੰਹ 'ਚੋਂ ਕੋਈ ਵਧੀਆ ਗੱਲ ਨਿਕਲੇਗੀ, ਪਰ ਚੰਗੀ ਗੱਲ ਕੀਤੀ ਆ। ਅੱਛਾ, ਜ਼ਿਆਦਾਤਰ ਮਰਦਾਂ ਨੂੰ ਸ਼ਲਵਾਰ ਕਮੀਜ਼ ਜੱਚਦੀ ਆ, ਜਾਂ ਭਾਈ ਨੇ ਕੱਛਾ ਪਾਇਆ ਉਹ ਅੱਛਾ ਲੱਗਦਾ, ਜਾਂ ਪੈਂਟ ਸ਼ਰਟ? ਵੱਡਾ ਭਾਈ ਹੈ, ਫਿਰ ਆਪਣੀ ਆਪਣੀ ਚੁਆਇਸ ਹੁੰਦੀ, ਮੇਰੇ ਸਿਰਫ ਕੱਪੜਾ ਜੁੱਤੀ, ਸ਼ਲਵਾਰ ਕਮੀਜ਼। ਸ਼ਲਵਾਰ ਕਮੀਜ਼? ਸ਼ਲਵਾਰ ਕਮੀਜ਼ ਪਾਈ ਮਰਦਾਂ ਨੂੰ ਵਧੀਆ ਲੱਗਦੀ ਹੈ ਜੀ? ਜੀ, ਵਧੀਆ ਲੱਗਦੀ ਹੈ। ਅੱਛਾ, ਕਿੰਨੇ ਦਿਨ ਤੁਸੀਂ ਹੁਣ ਇੱਥੇ ਰਹਿਣਾ?
ਇੱਥੇ ਰਹਿਣਾ ਜੀ 3 ਦਿਨ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਸਾਹਿਬ ਉਹਨਾਂ ਨੂੰ ਪਾਉਣਾ 3 ਦਿਨ ਹੋਰ ਨਹੀਂ ਨਹੀਂ ਬਾਈ ਕੋ ਰਹਿਣਾ ਜੇ ਸਾਹਮਣੇ ਬਾਈ ਖੜਾ ਅੱਛਾ ਕੱਚੇ ਵਾਲੇ ਤੁਹਾਡੇ ਭਾਈ ਨੇ ਪਹਿਲੇ ਦੱਸ ਦਿੰਦਾ ਰੈਂਡਮਲੀ ਇਸ਼ਾਰਾ ਕੀਤਾ ਬਾਈ ਹੈ ਇਹਨਾਂ ਨੂੰ ਦੇਖ ਕੇ ਤਾਂ ਨਹੀਂ ਬੱਕਰੀ ਬੱਕਰੀ ਕਹਿੰਦਾ ਨਹੀਂ ਨਹੀਂ ਇਹਨਾਂ ਨੂੰ ਮੁਹੱਬਤ ਹੈ ਮਾਰਨੀ ਹੋਈ ਅੱਛਾ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਿਆ